ਨਾਸ ਤੁਸੀਂ ਰੀਅਲ ਲਾਈਫ 'ਚ ਬਹੁਤ ਸ਼ਰਾਰਤੀ ਸੁਭਾਅ ਦੇ ਆ ਤੇ ਸੈੱਟ ਤੇ ਹੋਰ ਕਿਹੜਾ ਇਦਾਂ ਦਾ ਸ਼ਖਸ ਸੀ ਜਿਹੜਾ ਤੁਹਾਡੇ ਫਨ ਪਾਰਟ ਸੀ? ਦਿਲਜੀਤ ਥਿੰਡ ਪ੍ਰੋਡਿਊਸਰ ਨੇ ਦਿਲਜੀਤ ਥਿੰਡ, ਉਹਨਾਂ ਨੇ ਮੈਨੂੰ ਲਾਈਕ ਬਹੁਤ ਉਹ ਕਰਕੇ ਰੱਖਿਆ, ਪ੍ਰੋਟੈਕਟ ਕੀਤਾ। ਐਂਡ ਜਦੋਂ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਕਿਤੇ ਗਲਤ ਜਾ ਰਹੀ ਹਾਂ ਕਿ ਕਿਹੜੇ ਬੰਦੇ ਨਾਲ ਗੱਲ, ਕਿਉਂਕਿ ਮੇਰੀ ਨੇਚਰ ਆ ਮੈਂ ਸਾਰਿਆਂ ਨੂੰ ਇਕੁਅਲੀ ਸਮਝਦੀ ਹਾਂ ਕਿ ਆ ਵੀ ਇੰਨਾ ਵੀ ਗੱਲ ਕਰ ਲਾਂ ਇੰਨਾ ਵੀ, ਕਿਉਂਕਿ ਮੇਰਾ ਇੱਦਾਂ ਦਾ ਨੇਚਰ ਆ, ਮੈਂ ਕਿਸੇ ਨੂੰ ਦੇਖਦੀ ਨਹੀਂ ਹਾਂ, ਮੈਂ ਜੱਜ ਨਹੀਂ ਕਰਦੀ ਐਂਡ ਐਨਾਲਾਈਜ਼ ਨਹੀਂ ਕਰ ਪਾਉਂਦੀ, ਕਰ ਪਾਉਂਦੀ ਹਾਂ ਬਟ ਗੱਲ ਸਾਰਿਆਂ ਨਾਲ ਕਰ ਲੈਂਦੀ ਹਾਂ। ਅਤੇ ਉਹ ਮੈਨੂੰ ਸਮਝਾਉਂਦੇ ਸਨ ਇਹਨਾਂ ਨਾਲ ਇੱਦਾਂ, ਇਹਨਾਂ ਨਾਲ ਇੱਦਾਂ, ਅਤੇ ਉਹ ਮੈਨੂੰ ਉਹ ਚੀਜ਼ ਬਹੁਤ ਵਧੀਆ ਲੱਗਦੀ ਸੀ ਕਿ ਉਹ ਮੈਨੂੰ ਗਾਈਡ ਕਰਦੇ ਸੀ ਐਂਡ ਉਹ ਪਤਾ ਲੱਗਦਾ ਸੀ ਕਿ ਹਾਂ ਸੱਚੀ ਗੱਲ ਸੱਚੀ ਸੀਗੀ। ਸ਼ਿੰਦਾ ਗਰੇਵਾਲ ਵੀ ਤੁਹਾਡੇ ਵਾਂਗ ਫੁੱਲ ਐਨਰਜੀ ਰੱਖਦਾ ਆ, ਖਾਣ ਪੀਣ ਦਾ ਸ਼ੌਕੀਨ ਆ, ਸੋਸ਼ਲ ਮੀਡੀਆ ਦੇ ਰੀਲਸ 'ਚ ਵੀ ਐਕਟਿਵ ਰਹਿੰਦਾ ਆ। ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਇੰਡਸਟਰੀ ਨੂੰ ਇੱਕ ਨਿਊ ਦਿਲਜੀਤ ਮਿਲਣਾ 100% ਨਹੀਂ, ਨਿਊ ਦਿਲਜੀਤ ਕਿਉਂ, ਨਿਊ ਸ਼ਿੰਦਾ। ਕੋਈ ਵੀ ਚੀਜ਼ ਜਿਹੜੀ ਆ ਉਹ ਇੱਦਾਂ ਨਹੀਂ ਕਹਿਣਾ ਚਾਹੀਦਾ ਕਿ ਨਿਊ ਦਿਲਜੀਤ ਜਾਂ ਨਿਊ ਕੋਈ ਵੀ ਚੀਜ਼ ਇੱਦਾਂ ਨਹੀਂ ਕਹਿਣੀ ਚਾਹੀਦੀ। ਸ਼ਿੰਦਾ ਸ਼ਿੰਦਾ ਆ, ਉਹ ਆਉਣ ਵਾਲਾ ਟਾਈਮ ਸਾਰਾ ਉਹਦਾ ਹੀ ਹੈ। ਸੋ ਆਲਰੇਡੀ ਬਹੁਤ ਪ੍ਰਪੇਅਰ ਆ, ਜਦੋਂ ਅਸੀਂ ਮੈਨੂੰ ਲੱਗਦਾ ਅਸੀਂ ਉਹਦੀ ਉਮਰ ਦੇ ਸੀਗੇ ਤਾਂ ਨਲੀ ਪੂੰਝਣੀ ਨਹੀਂ ਸੀ ਉਹਦੀ, ਹੈ ਨਾ। ਸੋ ਉਹ ਤਾਂ ਕਿੰਨਾ ਐਕਟਿਵ ਆ, ਸੋ ਔਰ ਇੰਨਾ ਕੌਨਫੀਡੈਂਸ ਆ ਉਹਦੇ 'ਚ 100%। ਉਹਨੂੰ ਜਿੱਦਾਂ ਅਮਰ ਨੇ ਕੁਛ ਵੀ ਸਮਝਾਉਣਾ ਇੱਦਾਂ ਉਹਨੇ ਕਰ ਦੇਣਾ ਐਂਡ ਹੀ ਇਜ਼ ਟੂ ਡੂ। ਤੁਸੀਂ ਦੇਖੋਗੇ ਛੋਟੇ ਛੋਟੇ ਨੁਆਂਸਸ ਉਹਨਾਂ ਜਿਹੜੇ ਕੀਤੇ ਆ ਬਹੁਤ ਕਮਾਲ ਦੇ ਆ। ਸੋ ਆਲਰੇਡੀ ਬਲੈਸਡ ਚਾਈਲਡ। ਤੁਸੀਂ ਦੋਨਾਂ ਨੇ ਗਿੱਪੀ ਗਰੇਵਾਲ ਨਾਲ ਵੀ ਕੰਮ ਕੀਤਾ ਆ ਤੇ ਸ਼ਿੰਦਾ ਗਰੇਵਾਲ ਨਾਲ ਵੀ, ਤੁਹਾਨੂੰ ਇਹਨਾਂ ਦੋਵਾਂ ਦੇ ਵਿੱਚ ਕਿਹੜੀ ਇੱਦਾਂ ਦੀ ਕੁਆਲਿਟੀ ਨਜ਼ਰ ਆਈ ਜਿਹੜੀ ਦੋਨਾਂ ਦੇ ਵਿੱਚ? ਕੰਮ ਬਹੁਤ ਫਾਸਟ ਕਰਦੇ ਆ ਆਈ ਥਿੰਕ। ਗਿੱਪੀ ਦੇ ਨਾਲ ਜਦੋਂ ਮੈਂ ਕੰਮ ਕੀਤਾ ਮੈਨੂੰ ਲੱਗਦਾ ਹੀ ਇਜ਼ ਵੈਰੀ ਫਾਸਟ, ਅਤੇ ਸ਼ਿੰਦਾ ਵੀ ਬਹੁਤ। ਸੋ ਮੈਨੂੰ ਲੱਗਦਾ ਉਹ ਸ਼ਿੰਦੇ 'ਚ ਵੀ ਆ, ਹੀ ਦੇ ਆਰ ਵੈਰੀ ਫਾਸਟ ਇਨ ਟਰਮਸ ਆਫ ਡਿਲੀਵਰਿੰਗ ਦੇ ਵਰਕ। ਗਿੱਪੀ ਭਾਅ ਜੀ ਬਹੁਤ, ਉਹਨਾਂ 'ਚ ਨੋ ਡਾਊਟ ਬਹੁਤ ਸਾਰੀਆਂ ਕੁਆਲਿਟੀਜ਼ ਨੇ, ਬਟ ਮੈਨੂੰ ਲੱਗਦਾ ਸ਼ਿੰਦੇ 'ਚ ਗਿੱਪੀ ਭਾਅ ਇਹਨਾਂ ਨੂੰ ਜ਼ਿਆਦਾ ਹੋਰ ਵੀ ਜ਼ਿਆਦਾ ਕੁਆਲਿਟੀਜ਼ ਨੇ। ਇਹ ਬਹੁਤ ਫਖਰ ਅਤੇ ਮਾਣ ਵਾਲੀ ਗੱਲ ਹੁੰਦੀ ਹੈ ਕਿਸੇ ਫਾਦਰ ਦੇ ਲਈ ਕਿ ਜਿਹੜਾ ਉਹਦਾ ਸਨ ਆ ਉਹਦੇ 'ਚ ਉਹਦੇ ਨਾਲੋਂ ਵੀ ਜ਼ਿਆਦਾ ਕੁਆਲਿਟੀਜ਼ ਹੋਣ, ਐਂਡ ਇਹ ਫਾਦਰ ਲਈ ਲੱਕੀ ਗੱਲ ਹੁੰਦੀ ਹੈ। ਸੋ ਮੈਨੂੰ ਲੱਗਦਾ ਗਿੱਪੀ ਬਾਈ ਵੀ ਇਸ ਗੱਲ ਲਈ ਬਹੁਤ ਫਖਰ ਅਤੇ ਮਾਣ ਮਹਿਸੂਸ ਕਰਨਗੇ ਕਿ ਸ਼ਿੰਦਾ ਗਿੱਪੀ ਨਾਲੋਂ ਦੋ ਰਤੀ ਉੱਤੇ ਦੀ ਹੋਈ ਹੈ। ਦਿਲਜੀਤ ਫਿਲਮ ਦੇ ਸ਼ੂਟ ਤੋਂ ਬੱਚਾ ਸਾਂਭਣ ਦੀਆਂ ਕਿਹੜੀਆਂ ਕਿਹੜੀਆਂ ਟੈਕਨੀਕ ਸਿੱਖ ਲਈਆਂ ਤੁਸੀਂ? ਹੌਸਲਾ ਰੱਖੋ ਜੀ, ਜੋ ਤੁਸੀਂ ਕੁਛ ਵੀ ਕਰਨਾ ਲਾਈਫ 'ਚ ਨਾ ਜੀ, ਹੌਸਲਾ ਰੱਖੋ। ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਿਚੁਏਸ਼ਨ ਆ ਗਈ ਤਾਂ ਤੁਸੀਂ ਹੌਸਲਾ ਰੱਖੋਗੇ ਤਾਂ ਫਿਰ ਤੁਹਾਨੂੰ ਈਜ਼ੀ ਹੋਊਗਾ, ਨਹੀਂ ਤਾਂ ਟਫ ਹੋ ਜਾਊਗਾ। ਸੋ ਹੌਸਲਾ ਰੱਖੋ, 15 ਤਰੀਕ ਨੂੰ ਆ ਰਹੀ ਥੀਏਟਰ 'ਚ, ਹੌਸਲਾ ਰੱਖ। ਸੋਨਮ, ਦਿਲਜੀਤ ਇਸ ਫਿਲਮ ਦੇ ਪ੍ਰੋਡਿਊਸਰ ਵੀ ਆ ਤੇ ਸੈੱਟ ਤੇ ਇਹਨਾਂ ਨੂੰ ਕਦੇ ਤੁਸੀਂ ਬਜਟ ਦਾ ਹਿਸਾਬ ਕਰਦੇ ਦੇਖਿਆ? ਐਕਚੁਲੀ ਇਹ ਚੀਜ਼ ਤਾਂ ਤਾਰੀਫ ਕਰਨ ਵਾਲੀ ਆ, ਮੈਂ ਜਿੰਨੀਆਂ ਵੀ ਫਿਲਮਾਂ ਕੀਤੀਆਂ ਆ, ਇਹ ਦਿਲਜੀਤ ਦੀ ਪਹਿਲੀ ਓਬਵੀਅਸਲੀ ਐਜ਼ ਅ ਪ੍ਰੋਡਿਊਸਰ ਆ, ਔਰ ਮੇਰਾ ਦਿਲਜੀਤ ਥਿੰਡ ਜੀ ਦੇ ਨਾਲ ਵੀ ਪਹਿਲੀ ਵਾਰੀ ਕੰਮ ਆ। ਮੈਨੂੰ ਮੈਂ ਇੱਦਾਂ ਦਾ ਟ੍ਰੀਟਮੈਂਟ ਪੰਜਾਬੀ ਫਿਲਮ 'ਚ ਨਹੀਂ ਦੇਖਿਆ, ਸੋ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕਦੇ ਵੀ ਕਿਸੇ ਚੀਜ਼ ਨੂੰ ਕੈਲਕੂਲੇਟ, ਇਨਫੈਕਟ ਕਦੇ ਕਦੇ ਮੈਨੂੰ ਲੱਗਦਾ ਸੀ ਇਹ ਇੰਨਾ ਖਰਚਾ ਵੀ ਕਰ ਰਹੇ ਆ, ਯੂ ਨੋ, ਬਿਕੋਜ਼ ਸ਼ਾਇਦ ਅਸੀਂ ਪਹਿਲਾਂ ਨਹੀਂ ਦੇਖਿਆ, ਕਿਉਂਕਿ ਇੰਨੇ ਵੱਡੇ ਕਰੂ ਨੂੰ ਤੁਸੀਂ ਪਹਿਲਾਂ 14 ਡੇਜ਼ ਕੁਆਰੰਟੀਨ ਰੱਖਣਾ, ਉਦੋਂ ਪੰਜਾਬੀ ਫਿਲਮਾਂ ਹਾਲੇ ਬਾਹਰ ਸ਼ੂਟ ਸ਼ੁਰੂ ਵੀ ਨਹੀਂ ਸੀ ਹੋਏ, ਸੋ ਉਦੋਂ ਸਾਰਿਆਂ ਦੀ, ਔਰ ਬਾਕੀ ਫਿਲਮਾਂ 'ਚ ਫਿਰ ਵੀ ਛੋਟਾ ਕਰੂ ਹੁੰਦਾ, ਬਟ ਸਾਡੀ ਪੂਰੀ ਟੀਮ ਯੂ ਨੋ ਇੰਡੀਆ ਤੋਂ ਗਈ, ਔਰ ਮਤਲਬ ਕਾਫੀ ਲੋਕਾਂ ਦਾ ਕਰੂ ਸੀ ਕੰਪੇਅਰ ਟੂ ਜਿੰਨਾ ਹੁਣ ਮੈਂ ਦੇਖਦੀ ਹਾਂ। ਸੋ ਇੰਨੇ ਲੋਕਾਂ ਨੂੰ ਹੋਟੇਲ 'ਚ ਰੱਖਣਾ, ਔਰ ਯੂ ਨੋ ਫਿਰ ਵੈਦਰ ਐਂਡ ਐਵਰੀਥਿੰਗ, ਬਟ ਉਹ ਮੈਨੂੰ ਲੱਗਦਾ ਤੁਹਾਨੂੰ ਟ੍ਰੇਲਰ 'ਚ ਵੀ ਦੇਖ ਰਿਹਾ ਦਾ ਪ੍ਰੋਡਕਸ਼ਨ ਵੈਲਿਊ, ਮਤਲਬ ਹਰ ਚੀਜ਼ 'ਤੇ ਇੱਦਾਂ ਲੱਗਦਾ ਹੈ ਕਿ ਤੁਸੀਂ ਸਪੈਂਡ ਕੀਤਾ। ਸੋ ਮੈਂ ਐਕਚੁਅਲੀ ਕਦੇ ਕੈਲਕੂਲੇਟ ਕਰਦਿਆਂ ਨਹੀਂ ਦੇਖਿਆ, ਐਂਡ ਆਈ ਯੂਸ ਟੂ ਥਿੰਕ ਹੀ ਦੇ ਆਰ ਸਪੈਂਡਿੰਗ ਸੋ ਮਚ ਮਨੀ, ਮੇਰੇ ਦਿਮਾਗ 'ਚ ਐਕਚੁਅਲੀ ਇਹ ਚੱਲਦਾ ਹੁੰਦਾ ਸੀ, ਦੈਟ ਦਿਸ ਨੋ ਕੈਲਕੂਲੇਸ਼ਨ। ਬੱਚੇ ਮੰਨ ਕੇ ਸੱਚੇ, ਔਰ ਗਰਲਫ੍ਰੈਂਡ ਨੂੰ ਮੈਂ ਬਹੁਤਾ ਸਾਂਭਿਆ ਨਹੀਂ ਕਦੇ, ਸੋ ਮੈਨੂੰ ਪਤਾ ਨਹੀਂ, ਮੈਂ ਕਦੇ ਸਾਂਭਿਆ ਨਹੀਂ ਕਿਸੇ ਗਰਲਫ੍ਰੈਂਡ ਨੂੰ, ਸੋ ਮੈਨੂੰ ਪਤਾ ਨਹੀਂ। ਸੋ ਬੱਚਿਆਂ ਨੂੰ ਮੈਂ ਫਿਲਮ 'ਚ ਸਾਂਭਿਆ, ਵੈਰੀ ਟਫ। ਅਮਰਜੀਤ ਭਾਅ ਜੀ ਹੋਣੀ ਅਤੇ ਬਲਜੀਤ ਭਾਅ ਜੀ ਹੋਣਾ ਨੇ ਪਤਾ ਨਹੀਂ ਕਿੱਦਾਂ ਸ਼ੂਟ ਕੀਤਾ, ਇੰਨਾ ਪੇਸ਼ੈਂਸ ਰੱਖ ਕੇ,
ਈਵਨ ਸਿੰਗਲ ਸਿੰਗਲ ਸ਼ਾਰਟ ਛੋਟੇ ਬੱਚੇ ਤੋਂ ਤੁਸੀਂ ਐਕਟ ਕਰਾਉਣਾ ਬਹੁਤ ਬਹੁਤ ਮੁਸ਼ਕਿਲ ਹੁੰਦਾ, ਬਟ ਉਹਨਾਂ ਦੇ ਪੇਰੈਂਟਸ ਵੀ ਸੈੱਟ 'ਤੇ ਸੀ, ਕਈ ਵਾਰੀ ਬੱਚਾ ਰੋਣ ਲੱਗ ਪੈਂਦਾ, ਦੈਨ ਨੀਂਦ ਆ ਜਾਂਦੀ ਆ, ਦੈਨ ਮਾਂ ਤਾਂ ਮਾਂ ਆ, ਉਹ ਬੱਚਾ ਰੋਂਦਾ ਦੇਖ ਕੇ ਚਾਹੇ ਤੁਹਾਡਾ ਸ਼ਾਰਟ ਜੋ ਮਰਜ਼ੀ ਹੈ, ਓਬਵੀਅਸਲੀ ਹੈ ਨਾ, ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਹੁਤ ਟਫ ਸੀਗੀਆਂ, ਬਟ ਲੱਕੀਲੀ ਟੀਮ ਬਹੁਤ ਵਧੀਆ ਸੀ ਅਤੇ ਵਾਈਬ ਬਹੁਤ ਵਧੀਆ ਸੀ, ਇਸ ਕਰਕੇ ਸਾਰਾ ਕੁਝ ਸ਼ੂਟ ਹੋ ਗਿਆ। ਦੈਨ ਜੇ ਕੋਈ ਬੱਚਾ ਰੋਂਦਾ ਸੀ ਤਾਂ ਸ਼ਹਿਨਾਜ਼ ਸੀ ਸਾਡੇ ਕੋਲ, ਉਹਨੂੰ ਚੁੱਪ ਕਰਾਉਣ ਦੇ ਲਈ ਦੋ ਮਿੰਟ ਚੁੱਪ ਕਰਾ ਦਿੰਦੀ ਹੈ ਬੱਚੇ ਨੂੰ, ਹੋਰ ਇਹ ਤਾਂ ਬੈਟ ਲਾ ਕੇ, ਜੇ ਕੋਈ ਬੱਚਾ ਰੋ ਰਿਹਾ ਬੈਟ ਲਾਓ ਪੈਸੇ ਦਿਓ, ਹੁਣ ਰਾਈਟ ਨਾਲ ਚੁੱਪ ਹੋਏਗਾ। ਦੈਟਸ ਟੈਲੈਂਟ ਹੈ, ਯੈਸ ਰਾਈਟ, ਮਤਲਬ ਇਦਾਂ ਕੱਢ ਕੇ ਨੇ ਪੈਸੇ ਲਾਉਣਾ। ਤੁਹਾਨੂੰ ਪਤਾ ਤੁਸੀਂ ਪਿਛਲੀ ਇੰਟਰਵਿਊ 'ਚ ਕੁਛ ਹੋਰ ਕਿਹਾ ਵਾ ਅਤੇ ਇੱਥੇ ਤੁਹਾਡੇ ਬਿਆਨ ਕੁਛ ਹੋਰ ਨੇ। ਨਹੀਂ ਨਹੀਂ ਪਰ ਕਿਹਾ ਤਾਂ ਤੂੰ ਇੱਦਾਂ ਸੀਗਾ, ਤੇਰੇ ਮੇਰੇ ਤਾਂ ਮੈਂ ਸੱਚ ਕਿਹਾ। ਹੁਣ ਸਰਕਾਜ਼ਮ 'ਚ ਕਰ ਰਹੇ ਹੋ ਗਾ? ਓਬਵੀਅਸਲੀ। ਅੱਛਾ, ਇਹਦਾ ਪੁੱਠਾ ਆ ਬੇਸਿਕਲੀ। ਨਹੀਂ ਇਹ ਐਕਚੁਅਲੀ ਨਹੀਂ, ਕਰਾ ਕਹਿੰਦੀ ਆ ਵੀ ਮੈਂ ਚੁੱਪ ਕਰਾ ਦੂੰਗੀ, ਪਰ ਰੋਣ ਲੱਗ ਪੈਂਦਾ। ਨਹੀਂ ਮੈਂ ਚੁੱਪ ਹੋਇਆ ਨਹੀਂ, ਮੈਂ ਇੱਕ ਵਾਰੀ ਹੋਇਆ ਇੱਦਾਂ, ਇਹ ਕਹਿੰਦੀ ਸੀ ਮੈਂ ਚੁੱਪ ਕਰਾ ਦੂੰ ਇੱਦਾਂ ਨਿਆਣਾ, ਨਹੀਂ ਹੋਇਆ। ਦਿਲਜੀਤ ਦੀ ਪਹਿਲੀ ਓਬਵੀਅਸਲੀ ਐਜ਼ ਅ ਪ੍ਰੋਡਿਊਸਰ ਆ, ਔਰ ਮੇਰਾ ਦਿਲਜੀਤ ਥਿੰਨ ਜੀ ਦੇ ਨਾਲ ਵੀ ਪਹਿਲੀ ਵਾਰੀ ਕੰਮ ਆ, ਮੈਨੂੰ ਮੈਂ ਇੱਦਾਂ ਦਾ ਟ੍ਰੀਟਮੈਂਟ ਪੰਜਾਬੀ ਫਿਲਮ 'ਚ ਨਹੀਂ ਦੇਖਿਆ, ਸੋ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕਦੇ ਵੀ ਕਿਸੇ ਚੀਜ਼ ਨੂੰ ਕੈਲਕੂਲੇਟ, ਇਨਫੈਕਟ ਕਦੇ ਕਦੇ ਮੈਨੂੰ ਲੱਗਦਾ ਸੀ ਇਹ ਇੰਨਾ ਖਰਚਾ ਵੀ ਕਰ ਰਹੇ ਆ, ਯੂ ਨੋ, ਬਿਕੋਜ਼ ਸ਼ਾਇਦ ਅਸੀਂ ਪਹਿਲਾਂ ਨਹੀਂ ਦੇਖਿਆ, ਕਿਉਂਕਿ ਇੰਨੇ ਵੱਡੇ ਕਰੂ ਨੂੰ ਤੁਸੀਂ ਪਹਿਲਾਂ 14 ਡੇਜ਼ ਕੁਆਰੰਟੀਨ ਰੱਖਣਾ, ਉਦੋਂ ਪੰਜਾਬੀ ਫਿਲਮਾਂ ਹਾਲੇ ਬਾਹਰ ਸ਼ੂਟ ਸ਼ੁਰੂ ਵੀ ਨਹੀਂ ਸੀ ਹੋਏ, ਸੋ ਉਦੋਂ ਸਾਰਿਆਂ ਦੀ, ਔਰ ਬਾਕੀ ਫਿਲਮਾਂ 'ਚ ਫਿਰ ਵੀ ਛੋਟਾ ਕਰੂ ਹੁੰਦਾ, ਬਟ ਸਾਡੀ ਪੂਰੀ ਟੀਮ ਯੂ ਨੋ ਇੰਡੀਆ ਤੋਂ ਗਈ, ਔਰ ਮਤਲਬ ਕਾਫੀ ਲੋਕਾਂ ਦਾ ਕਰੂ ਸੀ ਕੰਪੇਅਰ ਟੂ ਜਿੰਨਾ ਹੁਣ ਮੈਂ ਦੇਖਦੀ ਹਾਂ, ਸੋ ਇੰਨੇ ਲੋਕਾਂ ਨੂੰ ਹੋਟੇਲ 'ਚ ਰੱਖਣਾ, ਔਰ ਯੂ ਨੋ ਫਿਰ ਵੈਦਰ ਐਂਡ ਐਵਰੀਥਿੰਗ, ਬਟ ਉਹ ਮੈਨੂੰ ਲੱਗਦਾ ਤੁਹਾਨੂੰ ਟ੍ਰੇਲਰ 'ਚ ਵੀ ਦੇਖ ਰਿਹਾ, ਦਾ ਪ੍ਰੋਡਕਸ਼ਨ ਵੈਲਿਊ, ਮਤਲਬ ਹਰ ਚੀਜ਼ 'ਤੇ ਇੱਦਾਂ ਲੱਗਦਾ ਹੈ ਕਿ ਤੁਸੀਂ ਸਪੈਂਡ ਕੀਤਾ, ਸੋ ਮੈਂ ਐਕਚੁਅਲੀ ਕਦੇ ਕੈਲਕੂਲੇਟ ਕਰਦਿਆਂ ਨਹੀਂ ਦੇਖਿਆ, ਐਂਡ ਆਈ ਯੂਸ ਟੂ ਥਿੰਕ ਕਿ ਦੇ ਆਰ ਸਪੈਂਡਿੰਗ ਸੋ ਮਚ ਮਨੀ, ਮੇਰੇ ਦਿਮਾਗ 'ਚ ਐਕਚੁਅਲੀ ਇਹ ਚੱਲਦਾ ਹੁੰਦਾ ਸੀ, ਦੈਟ ਦਿਸ ਨੋ ਕੈਲਕੂਲੇਸ਼ਨ। ਰੋਈ ਨਾ ਜੇ ਯਾਦ ਮੇਰੀ ਆਈ ਵੇ, ਖੁਸ਼ ਰਹੀ ਅੱਖਾਂ ਨਾ ਪਰ ਆਈ ਵੇ, ਹੋਇਆ ਕੀ ਜੇ ਤੂੰ ਮੈਥੋਂ ਦੂਰ ਹੋ ਗਿਆ, ਸੁਪਨਾ ਦੋਹਾਂ ਦਾ ਚੂਰੋ ਚੂਰ ਹੋ ਗਿਆ, ਤੇਰੇ ਨਾਲ ਰਹੂ ਮੇਰੀ ਪਰਛਾਈ ਵੇ। ਰੋਈ ਨਾ ਜੇ ਯਾਦ ਮੇਰੀ ਆਈ ਵੇ, ਖੁਸ਼ ਰਹੀ ਅੱਖਾਂ ਨਾ ਪਰ ਆਈ ਵੇ, ਜਦ ਵੀ ਦਿਸਦਾ ਚਿਹਰਾ ਤੇਰਾ ਫਿਰ ਨਹੀਂ ਲੱਗਦਾ ਦਿਲ ਹਾਏ ਮੇਰਾ, ਜਦ ਵੀ ਦਿਸਦਾ ਚਿਹਰਾ ਤੇਰਾ ਫਿਰ ਨਹੀਂ ਲੱਗਦਾ ਦਿਲ ਹਾਏ ਮੇਰਾ, ਕਦੇ ਤੇਰੇ ਸੁਪਨੇ ਵਿੱਚ ਮੈਂ ਮੁਸਕਾਉਂਦਾ ਹਾਂ ਕਿ ਨਹੀਂ, ਲੱਖ ਕਰਦਾ ਤੈਨੂੰ ਯਾਦ ਯਾਦ ਮੈਂ ਆਉਂਦਾ ਹਾਂ ਕਿ ਨਹੀਂ, ਲੱਖ ਕਰਦਾ ਤੈਨੂੰ ਯਾਦ ਯਾਦ ਮੈਂ ਆਉਂਦਾ ਹਾਂ ਕਿ ਨਹੀਂ, ਆਉਂਦਾ ਹਾਂ ਕਿ ਨਹੀਂ। ਹਾਏ, ਮੈਂ ਸੋਚਾ ਥਾ ਜੈਸੇ ਬਿਗ ਬੋਸ ਖਤਮ ਹੋਗਾ ਮੇਰੇ ਲੱਖੋ ਕਰੋੜੋ ਫੈਨ ਮੇਰੇ ਕੋ ਗੇਰ ਲੈ ਗਏ, ਮੇਰੇ ਆਟੋਗ੍ਰਾਫ ਦੇ ਕੇ ਹੱਥ ਦੁਖਣੇ ਲੱਗ ਪਏ ਥੇ, ਮੁਝੇ ਕਿਆ ਪਤਾ ਥਾ ਮੇਰੇ ਬਰਤਨ ਘਿਸ ਘਿਸ ਕੇ ਹੱਥ ਦੁਖੇਗੇ, ਯੇ ਜੋ ਬੋਲ ਰਹੇ ਨਾ ਲੜਕੇ ਕਿ ਲੋਕਡਾਊਨ ਮੇ ਲੜਕੀਓ ਕੀ ਮੁੱਛੇ ਨਿਕਲ ਆਏਗੀ, ਮੈਂ ਤੁਮੇ ਬਤਾ ਰਹੀ ਹੂੰ, ਐਸੇ ਮਤ ਬੋਲੋ, ਤੁਮ ਸਾਰੇ ਸਿੰਗਲ ਮਰੋਗੇ, ਦੇਖਣਾ ਸੱਚੀ ਬੋਲ ਰਹੀ ਹੂੰ। ਯਾਰ ਮੈਂ ਸੋਚ ਰਹੀ ਹੂੰ, ਨਾ ਕੋਈ ਬਾਹਰ ਜਾ ਰਿਹਾ ਹੈ, ਨਾ ਕੋਈ ਕਿਸੇ ਕੋ ਰਸਤਾ ਬਤਾ ਰਿਹਾ ਹੈ, ਇਹ ਗੂਗਲ ਮੈਪ ਵਾਲੀ ਆਂਟੀ ਕਿਆ ਕਰ ਰਹੀ ਹੋਗੀ ਜੋ ਸਭ ਕੋਈ ਰਸਤੇ ਬਤਾਈ ਫਿਰਤੀ ਥੀ, ਇਹ ਬੇਚਾਰੀ ਕਾ ਕਿਆ ਹਾਲ ਹੋ ਰਹਾ ਹੋਗਾ ਲੋਕਡਾਊਨ ਮੇ। ਕਿਆ ਹੁਆ? ਹਾਏ ਮੈਂ ਕਿਆ ਕਰੂੰ, ਮੈਂ ਬੋਰ ਹੋ ਰਹੀ ਹੂੰ, ਮੁਝੇ ਬਾਹਰ ਜਾਣਾ, ਮੈਂ ਬਾਹਰ ਜਾ ਰਹੀ ਹੂੰ। ਇਸ ਸੱਜਣ ਕੋ ਕਿਆ ਤਕਲੀਫ ਹੈ ਭਾਈ, ਕਿਆ ਤਕਲੀਫ ਹੈ ਇਨਕੋ?
ਹੋ